राजी हो गया ठंडा पै गई शुक्र महकदा इन्हों ना मुड़के मेले अल्लाह ने कराए मैनू कोई उमायद नहीं सी प्यो दी वाड़ी वेख ली भरा दे जमे वेख लिया ठंडा सीने च पै गई विछोड़ा पै गया कोई दुखी सी मेरे वर्गी उन्हें का खोतन जाना नाले रोना हे कहना रूचे चढ़ के वेख दी ते नीमे बह के रोनी हाँ ते नजर ना आवे मेरे बाबा जी का देश हजारे जो पै गए वाढ बनाए बथेरा कोई मारना आता सी कोई वढ़न आता सी कोई मिलिट्री लैन आती सी वेखे मुसलमान अपने गुआढ़िया ने साढ़िया ने कहना इतने हाँ जी कोई ਮੈਨੂੰ ਕਹਿੰਦੀ ਵੀ ਮੇਰੇ ਘਰਾਂ ਮੈਂ ਆਪਣਾ ਜਨਮ ਭੂਮ ਵੇਖਣਾ ਜਦੋਂ ਵੇਖਿਆ ਜਾਵੇ ਤਾਂ ਫਿਰ ਮੇਰਾ ਦੋਨੇ ਜਨਮ ਵਾਲੀ ਗੱਲ ਵਾ ਡਾਕੂਮੈਂਟ ਇੱਕ ਰਾਹ ਭੇਜੇ ਉਹਨਾਂ ਮੋੜ 'ਤੇ ਦੂਜੀ ਰਾਹ ਭੇਜੇ ਫਿਰ ਮੋੜ 'ਤੇ ਤੀਜੀ ਰਾਹ ਮੁੜ ਕੇ ਉਹਨਾਂ ਪਿੰਡ ਸਾਰੇ ਕਰਕੇ ਇੱਥੋਂ ਜਿੱਥੋਂ ਉਹਨਾਂ ਕਿਹਾ ਜੋ ਜੋ ਘੱਲਿਆ ਚਲੇ ਗਿਆ। ਬੀਬੀ ਜੀ ਮੈਨੂੰ ਤਾਂ ਪਹਿਲਾਂ ਦੱਸੋ ਤੁਹਾਨੂੰ ਆ ਕੇ ਲੱਗਾ ਕਿਵੇਂ ਕਿ ਪੇਕੇ ਆਏ ਹੋ ਆਪਣੇ ਇੱਥੇ ਇਸ ਹਾਤੇ ਦਾ ਜੰਮਣ ਪੋ ਸਭ ਕੁਛ ਇੱਥੇ ਇੱਥੇ ਆਏ ਮੈਂ ਭਾਈ ਤਾਂ ਫੌਤ ਹੋ ਗਏ ਪਰ ਜਾਈ ਵੀ ਇਹ ਭਰਾ ਹੀ ਆ ਸਮਝੋ ਇਹ ਭਰਾ ਦੇ ਜੰਮੇ ਮੇਰੇ ਭਰਾ ਹੀ ਆ ਅੱਲਾ ਨੇ ਜਿਨ੍ਹਾਂ ਨੇ ਮੇਲ ਕਢਾਇਆ ਰੋਣਾ ਨਹੀਂ ਬੋਲਣਾ ਇਹਨਾਂ ਦੇ ਰੌਲਿਆਂ ਰੱਪਿਆਂ ਦਾ ਵੀ ਪੈ ਜਾਣੇ ਆ ਉਹ ਐਸੇ ਪਏ ਬਸ ਇਹਨਾਂ ਦੀ ਅਪਦਾਇਸ਼ ਸਾਰਿਆਂ ਭਰਾਵਾਂ ਦੀ ਸਾਥੋਂ ਬਾਅਦ ਚੂਆ ਅਜਾੜਿਆਂ ਤੋਂ ਮਗਰਦੀ ਆ ਇਹਨਾਂ ਦੀ ਸਾਰਿਆਂ ਦੀ ਪੰਜਾਂ ਛਿਆਂ ਭਰਾਵਾਂ ਭੈਣਾਂ ਦੀ ਤਿੰਨ ਭੈਣਾਂ ਚਾਰ ਇਹ ਭਾਈ ਆ ਮੇਰਾ ਭਾਈ ਇੱਕ ਸੀ ਇੱਕ ਮੇਰੇ ਨਾਲ ਚਲਾ ਗਿਆ ਸੀ ਉੱਥੇ ਹਿੰਦੁਸਤਾਨ ਪਾਕਿਸਤਾਨ ਉਹ ਉੱਥੇ ਫੌਤ ਹੋ ਗਿਆ ਉਹਦਾ ਇੱਕ ਬੱਚਾ ਅਤੇ ਇੱਕ ਬੱਚੀ ਆ ਇਹ ਫਿਰ ਸਮਝੋ ਇੱਕ ਕਿਸਮ ਦਾ ਉਹ ਹੀ ਸਾਡਾ ਵਿਛੋੜਾ ਸਾਰੀ ਉਮਰ ਦਾ ਇਹ ਘਰਾਂ ਭਾਈ ਸਾਡਾ ਗਿਆ ਸੀ 32 ਸਾਲ ਹੀ ਸਾਨੂੰ ਜਾ ਕੇ ਮਿਲਿਆ ਸੀ ਇਹਨਾਂ ਦਾ ਪਿਓ ਬਸ ਉਹੋ ਆਇਆ ਸਾਡਾ ਇਹਨੂੰ ਸੀ ਇਹਦੇ ਮੁੜ ਕੇ ਅੱਲਾ ਬੇਲੀ ਰੱਬ ਲੈ ਗਿਆ ਅੱਜ ਫਿਰ ਤੁਹਾਨੂੰ ਪੁਰਾਣੀਆਂ ਯਾਦਾਂ ਸਾਰੀਆਂ ਤਾਜ਼ਾ ਹੋ ਗਈਆਂ ਬੜੀਆਂ ਯਾਦ ਆ ਬਹੁਤ ਯਾਦ ਆ ਮੈਨੂੰ ਯਾਦ ਛੱਡ ਕੇ ਮੈਨੂੰ ਬਸ ਇਹ ਸ਼ੁਕਰ ਮੈਂ ਖੁਦਾ ਦਾ ਕਰਦੀ ਹਾਂ ਜਿਹੜੇ ਮੇਰੇ ਇਹਨਾਂ ਨਾਲ ਮੁੜ ਕੇ ਮੇਲੇ ਅੱਲਾ ਨੇ ਕਰਾਏ ਮੈਨੂੰ ਕੋਈ ਉਮੀਦ ਨਹੀਂ ਸੀ ਉਹ ਮੇਰੇ ਸੋਹਣੇ ਨੇ ਅੱਲਾ ਨੇ ਮੁੜ ਕੇ ਪਏ ਕਰਾ ਤੇ ਆਪਣਾ ਘਰ ਬਾਰ ਮੈਂ ਵੇਖ ਲਿਆ ਆਣ ਕੇ ਮੰਜੇ ਸੱਤ ਮੰਜ਼ਲਾਂ ਇਹਨਾਂ ਨੇ ਪਾਈਆਂ ਸਭ ਕੁਛ ਕੀਤਾ ਸਾਡੇ ਮਕਾਨ ਪਿਓ ਦੇ ਕੱਚੇ ਸੀਗੇ ਸੋਹਣੀਆਂ ਸਦੂਕੀ ਛੱਤਾਂ ਸੀ ਉਹ ਜ਼ਮਾਨੇ 'ਚ ਸਾਡੇ ਪਿਓ ਦੇ ਜਿਹੜੇ ਵੱਡੇ ਵੱਡੇ ਸਰਦਾਰ ਸੀ ਉਹ ਵੀ ਥੱਲੇ ਹੀ ਸੀ ਸਾਡੇ ਬਾਪ ਦੇ ਗਾਂ ਸਾਡਾ ਭਰਾ ਸੀ ਇਹਨਾਂ ਦਾ ਪਿਓ ਉਹਦੀਆਂ ਮਿਹਰਬਾਨੀਆਂ ਬੜੀਆਂ ਸੀ ਅਤੇ ਸ਼ੁਕਰ ਆ ਇਹ ਵਾਧਾ ਕੀਤਾ ਅਤੇ ਮੇਰੇ ਪਿੰਡ ਨੇ ਆਂਢ ਗੁਆਂਢ ਨੇ ਅੱਲਾ ਨੇ ਕਰਾਇਆ ਉਹਨਾਂ ਕੋਲ ਇਹਨਾਂ ਨੂੰ ਪਰਦੇ 'ਚ ਰੱਖਿਆ ਹਜਾੜੇ ਜਦੋਂ ਪੈ ਗਏ ਵੱਢ ਬਣਾਉਂਦੇ ਬਥੇਰਿਆਂ ਕੋਈ ਮਾਰਨ ਆਉਂਦਾ ਸੀ ਕੋਈ ਵੱਢਣ ਆਉਂਦਾ ਸੀ ਕੋਈ ਮਿਲਟਰੀ ਲੈਣ ਆਉਂਦੀ ਸੀ ਵੇਖੇ ਮੁਸਲਮਾਨ ਆਪਣੀਆਂ ਗੁਆਂਢੀਆਂ ਨੇ ਸਾਡਿਆਂ ਨੇ ਕਹਿਣਾ ਇੱਥੇ ਹੈ ਨਹੀਂ ਕੋਈ ਉਹ ਸਭ ਯਾਦ ਆ ਤੁਹਾਨੂੰ ਜਿਹੜਾ ਵੱਢਾ ਟੁੱਕੀ ਹੋਈ ਹੈ ਸਭ ਹਰ ਸ਼ੈ ਯਾਦ ਆ ਮੇਰੇ ਤੋਂ ਹੁਣ ਗੱਲ ਨਹੀਂ ਹੁੰਦੀ ਬੋਲ ਨਹੀਂ ਹੁੰਦਾ ਥੱਕ ਗਈ ਹਾਂ ਪੈਂਡਾ ਵੇਖ ਕਿੰਨਾ ਕਰਕੇ ਆਈ ਹਾਂ ਯਾਦ ਆ ਸਭ ਕੁਛ ਅਤੇ ਅੱਜ ਸਾਰਿਆਂ ਨੂੰ ਪਿੰਡ ਦੇ ਲੋਕਾਂ ਨੂੰ ਤੁਹਾਡੇ ਇਸਤਕਬਾਲ ਲਈ ਜਿਸ ਤਰ੍ਹਾਂ ਆਏ ਹਾਂਜੀ ਹਾਂਜੀ ਅਤੇ ਕਿਵੇਂ ਲੱਗਾ ਤੁਹਾਨੂੰ ਅੱਲਾ ਨੇ ਉਹਨੇ ਸੋਹਣੇ ਨੇ ਢੋਕ ਲਾਇਆ ਕੁਛ ਇਹਨਾਂ ਦਾ ਤਕਦਾ ਪੋਤਾ ਮੇਰਾ ਮਾਸ਼ਾਅੱਲਾ ਇਹਦੇ ਅਰਕਾ ਉਹ ਤਕਦਾ ਵਾ ਉਹਨੇ ਕੀਤਾ ਹਾਂ ਇੱਥੇ ਚੜ੍ਹਾਉਣਾ ਹੈ ਸੀਗਾ ਅਤੇ ਹੁਣ ਗਾਂ ਆਰਡਰ ਨਹੀਂ ਸੀ ਲੰਘਣ ਦਾ ਪੋਤਾ ਮੇਰਾ ਸੀ ਇੱਕ ਦੋਤਾ ਸੀਗਾ ਇੱਕ ਭਤੀਜਾ ਸੀ ਨਾਲ ਹੋਰ ਬਸ ਉਹ ਤਾਂ ਪਿਛਾਂ ਹੋ ਕੇ ਵਿਚਾਰੇ ਚਲੇ ਗਏ ਮੇਰੇ ਨਾਲ ਰੱਬ ਸੀਗਾ ਇਕੱਲੀ ਜਿੱਥੇ ਜਿੱਥੇ ਬੁਖਾਰਦੀ ਰਹੀ ਅਗਲੇ ਜੋ ਕੁਛ ਵੇਖਦੇ ਰਹੇ ਉਹ ਅੱਲਾ ਨੇ ਮੈਨੂੰ ਪਹੁੰਚਾ ਤਾ ਪੁੱਤ
ਬੀਬੀ ਜੀ, ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਵਿਛੜੇ ਹੋਣੇ ਆ, ਤੇ ਤੁਹਾਨੂੰ ਲੱਗਦਾ ਹੈ ਕਿ ਦੋਵਾਂ ਮੁਲਕਾਂ ਨੂੰ ਕੁਝ ਐਵੇਂ ਕਰਨਾ ਚਾਹੀਦਾ ਕਿ ਜਿਹੜੇ ਵਿਛੜੇ ਲੋਕਾਂ ਨੂੰ ਮਿਲਾਇਆ ਜਾਵੇ? ਹਾਂਜੀ, ਉਹ ਕਿਵੇਂ ਮਿਲਣਗੇ, ਤੁਹਾਨੂੰ ਕਿਵੇਂ ਲੱਗਦਾ? ਸਾਨੂੰ ਤੇ ਬਸ ਅੱਲਾ, ਮੈਂ ਤੇ ਤੁਹਾਨੂੰ ਦੱਸਿਆ ਵੀ ਅੱਲਾ ਨੇ ਮਿਲਾਇਆ ਸਾਡੇ ਇਹ ਮੇਲੇ। ਪਹਿਲਾਂ ਤੇ ਸਾਡੀ ਮਾਂ 4 ਸਾਲੀ ਇੱਥੋਂ ਗਈ ਪਾਕਿਸਤਾਨ 'ਚ, ਇੱਥੋਂ ਭਰਾ ਦੇ ਕੋਲ, ਪੁੱਤ ਕੋਲ ਸੀ ਇਹਨਾਂ ਦੇ ਪਿਓ ਕੋਲ। ਬਾਅਦ ਵਿੱਚ ਉਹ ਗਈ ਆ, ਭਰਾ ਰਹਿ ਗਿਆ ਇੱਥੇ, ਆ ਖੁਸ਼ੀ ਮਾਂ ਜਿਹੜਾ ਕੁੱਛੜ ਸੀ ਉਦੋਂ। ਫਿਰ ਤਰਲੇ ਲੈਣੇ ਕਾ ਉੱਧਰ ਜਾ ਕੇ ਰੋਣਾ ਵੀ ਮੈਂ ਇਹਨਾਂ ਪੁੱਤਾਂ ਧੀਆਂ ਨੂੰ ਮਿਲ ਲਿਆ, ਅਤੇ ਉਹ ਪੁੱਤ ਮੇਰਾ ਫਿਰ ਵਿਛੜ ਗਿਆ। ਉਹ ਅੱਲਾ ਦਾ ਹੁਕਮ ਹੋਇਆ ਅਤੇ 32 ਸਾਲ ਸੀ ਸਾਨੂੰ ਵਿਛੜਿਆ ਨੂੰ, ਅੱਲਾ ਨੇ ਮੇਲ ਖਰਾ ਤੇ। ਮੇਰੇ ਨਾਲ ਦੇ ਨੇ ਮੈਨੂੰ ਦੱਸਿਆ ਕਿ ਜਦੋਂ ਤੁਸੀਂ ਇੱਥੋਂ ਦੀ ਗਏ ਸੀਗੇ ਤੇ ਕਿਸੇ ਵਿਆਹ ਵਾਲੇ ਫੰਕਸ਼ਨ ਤੇ ਸੀਗੇ? ਅਸੀਂ ਗਏ ਸੀ ਸ਼ਾਦੀ ਤੇ ਆਪਣੇ ਨਾਨਕਿਆਂ ਦੇ, ਉਹ ਮੇਰਾ ਇਹਨਾਂ ਦਾ ਪਿਓ ਤੇ ਮੈਂ ਛੋਟੀ ਸੀ, ਉਹ ਲੈ ਕੇ ਵਿਆਹ ਗਏ ਤੇ ਉੱਥੇ ਗਏ ਸੀ ਤੇ ਉੱਥੇ ਹੀ ਉਜਾੜੇ ਪੈ ਗਏ। ਹਾਂ, ਹਿੰਦੂ ਉਹ ਕਾਫਲਾ ਵੱਢਣ ਟੁੱਕਣ ਆ ਜਾਵੇ ਜਥਾ ਮੁਸਲਮਾਨਾਂ ਨੂੰ, ਮੁਸਲਮਾਨ ਫਿਰ ਨਿਕਲ ਤੁਰੇ ਵਿਚਾਰੇ ਘਰ ਭਰੇ ਛੱਡ ਕੇ। ਉੱਥੇ ਉਹ ਸ਼ਾਦੀ ਦੇ ਕੋਈ ਸੁਹਾਗ ਗਾਉਂਦੇ ਪਏ ਸੀਗੇ? ਸਾਡੇ ਆਪਣੇ ਨਾਨਕਿਆਂ 'ਚੋਂ ਸੀ, ਮੇਰਿਆਂ 'ਚੋਂ ਜਿੱਥੇ ਸ਼ਾਦੀ 'ਤੇ ਗਏ। ਮੇਰਾ ਭਾਈ ਮੇਰਾ ਆ ਗਿਆ ਇੱਥੇ, ਆ ਉੱਚਾ ਉੱਚਾ ਨਹੀਂ ਗਾ, ਇੱਥੇ ਤੁਹਾਨੂੰ ਪਤਾ ਹੀ ਹੋਊ, ਉੱਚਾ ਸੁਣਿਆ ਕਿ ਨਹੀਂ? ਅੱਜ ਜਲੰਧਰ ਜ਼ਿਲ੍ਹਾ ਇੱਥੇ ਆਏ ਸੀ, ਉਹ ਉੱਥੇ ਗਏ ਸੀ ਇੱਥੋਂ, ਉਹ ਫਿਰ ਅਸੀਂ ਤਾਂ ਆ ਗਏ, ਉਹ ਫਿਰ ਉੱਥੇ ਇੱਥੇ ਰਹਿ ਗਏ। ਉਹ ਭਰਾ ਆ ਗਿਆ ਅਤੇ ਮੇਰੀ ਭੈਣ ਨੇ ਰੱਖ ਲਿਆ ਮੈਨੂੰ, ਅਤੇ ਅਸੀਂ ਦੋਵੇਂ ਭੈਣਾਂ ਆਵਾਂਗੇ। ਉਹ ਮੁੜ ਕੇ ਹੁਕਮ ਹੀ ਨਾ ਹੋਇਆ ਮੈਨੂੰ ਇੱਥੇ ਆਉਣ ਦਾ ਦਿਨਾਂ ਉੱਥੇ। ਤੁਸੀਂ ਆਪਣੀ ਉਮਰ ਵਿੱਚ ਬੜੀਆਂ ਬਸੰਤਾਂ ਵੇਖੀਆਂ ਬੜੀਆਂ, ਅਤੇ ਇਹ ਅੱਜ ਵਾਲੀ ਬਸੰਤ ਕਿਵੇਂ ਲੱਗਦੀ ਹੈ ਜੂਨ ਦੇ ਮਹੀਨੇ? ਸੋਹਣੀ, ਖੁਸ਼, ਅੱਜ ਵਾਲੀ ਰੂਹ ਰਾਜੀ ਹੋ ਗਿਆ, ਠੰਡਾ ਪੈ ਗਈਆਂ। ਅੱਜ ਵਾਲੀ ਆ ਪਿਓ ਦੀ ਵਾੜੀ ਵੇਖ ਲਈ, ਭਰਾ ਦੇ ਜੰਮੇ ਹੈ ਵੇਖ ਲਿਆ, ਠੰਡਾ ਸੀਨੇ 'ਚ ਪੈ ਗਈਆਂ ਅੱਜ। ਅੱਜ ਦੀ ਤਾਂ ਕੱਲ੍ਹ ਹੀ ਛੱਡ ਦੇ ਫਿਰ। ਹਾੜ ਦਾ ਮਹੀਨਾ ਸੋਨ ਲੈ ਕੇ ਆ ਗਿਆ? ਹਾਂਜੀ, ਹਾੜ ਦਾ ਮਹੀਨਾ ਸੋਨੀ ਲੈ ਕੇ ਆ ਗਿਆ। ਇਹ ਤੋੜੀ ਲੈ ਉੱਥੋਂ ਆਇਆ, ਆ ਬਾਰਡਰ ਤੋਂ ਲੈ ਕੇ ਆਇਆ। ਹੁਣ ਰੁਕੋਗੇ ਇੱਥੇ ਮਹੀਨਾ? ਰਹਾਂਗੇ ਇੱਕ ਮਹੀਨਾ, ਮਹੀਨੇ ਦਾ ਵੀਜ਼ਾ। ਤੁਸੀਂ ਕੀ ਚਾਹੁੰਦੇ ਹੋ, ਕਿਸ ਤਰੀਕੇ ਉਹ ਲੋਕ ਮਿਲਣ ਜਿਹੜੇ ਵਿਛੜੇ ਸੀਗੇ 1947 ਦੀ ਵੰਡ ਵਿੱਚ? ਵੰਡ ਠੀਕ ਹੋਈ ਸੀ? ਵੰਡ ਕਾਹਦੀ ਹੋਈ ਸੀ, ਦੁਨੀਆ ਮੁੱਕ ਗਈ, ਮਾਰ ਛੱਡੇ ਇੱਕ ਦੂਜਿਆਂ ਨੇ, ਹਿੰਦੂਆਂ ਨੇ ਮੁਸਲਮਾਨਾਂ ਦਾ ਫੱਕਾ ਨਹੀਂ ਛੱਡਿਆ ਕੋਈ ਹਿਸਾਬ ਨਾ, ਮਰ ਖਾਪ ਗਏ ਮੁੜ ਕੇ ਆਪੋ ਆਪਣੀ ਟਿਕਾਣੀ ਵਿਚਾਰੇ, ਜਿੱਥੇ ਜਿੱਥੇ ਦਾਣਾ ਪਾਣੀ ਸੀ ਉੱਥੇ ਉੱਥੇ ਪਿੰਡ 'ਚ ਬਹਿ ਗਏ ਜਾ ਕੇ। ਇਹ ਸਾਡੀ ਸਕੀ ਭੂਆ ਜੀ ਹੈ, ਉਦੋਂ ਸੰਤਾਲੀ ਦੇ ਟਾਈਮ 'ਤੇ ਉਦੋਂ ਚਲੀ ਗਈ ਉੱਧਰ, ਉਦੋਂ ਬਾਅਦ ਮੁੜ ਕੇ ਅੱਜ ਆਈ ਹੈ, ਅਤੇ ਪਿਛਲੇ ਸਾਲ ਇਸੇ ਮਹੀਨੇ 'ਚ ਮੈਂ ਗਿਆ ਉੱਧਰ, ਅਤੇ ਉੱਥੇ ਮੈਨੂੰ ਜਾਣ ਕੇ ਹੋਈ ਤਾਂ ਮੈਨੂੰ ਇਹ ਕਹਿੰਦੀ ਵੀ ਮੈਨੂੰ ਉਹਨੂੰ ਪਹਿਲਾਂ ਵੀ ਕਿਹਾ, ਪਹਿਲਾਂ ਕਹਿੰਦੀ ਸੀ ਇੱਦਾਂ, ਅਤੇ ਮੈਨੂੰ ਕਹਿੰਦੀ ਵੀ ਮੇਰੇ ਘਰਾਂ ਮੈਂ ਆਪਣਾ ਜਨਮ ਭਾਉ ਵੇਖਣਾ, ਕਿਤੇ ਵੇਖਿਆ ਜਾਵੇ ਤਾਂ ਫਿਰ ਮੇਰਾ ਵੀ ਦੋਹਰੇ ਜਨਮ ਵਾਲੀ ਗੱਲ ਆ। ਤੋ ਮੈਂ ਆਣ ਕੇ ਮੁੜ ਕੇ ਫਿਰ ਹੌਲੀ ਹੌਲੀ ਜਿੰਨੇ ਕੁ ਡਾਕੂਮੈਂਟ ਇੱਥੇ ਬਣਾਈਦੇ ਆ, ਆਪਣੇ ਜੇ ਵੀਜ਼ਾ ਸੌਖਾ ਲੱਗਦਾ ਇੱਧਰੋਂ ਜਾਣ ਨੂੰ, ਉੱਧਰੋਂ ਵੀਜ਼ਾ ਔਖਾ ਲਾਉਂਦੇ ਬਹੁਤ। ਡਾਕੂਮੈਂਟ ਇੱਕ ਵਾਰ ਭੇਜੇ ਉਹਨਾਂ ਮੋੜ 'ਤੇ, ਦੂਜੀ ਵਾਰ ਭੇਜੇ ਫਿਰ ਮੋੜ 'ਤੇ, ਤੀਜੀ ਵਾਰ ਮੁੜ ਕੇ ਉਹਨਾਂ ਫਿਰ ਸਾਰੇ ਕਰਕੇ ਇੱਥੋਂ ਜਿੱਥੋਂ ਉਹਨਾਂ ਕਿਹਾ ਜੋ ਜੋ ਫਿਰ ਘੱਲਿਆ ਚਲੇ ਗਿਆ। ਤੁਹਾਨੂੰ ਬੁਲਾਇਆ ਕਿਸ ਤਰ੍ਹਾਂ, ਕਿਵੇਂ ਮਿਲੇ ਤੁਸੀਂ ਆਪਣੀ ਭੂਆ ਨੂੰ? ਮਿਲੇ ਜੀ, ਪਹਿਲਾਂ ਸਾਡਾ ਮਾਈ ਬਾਪ ਦੋਨੇ ਗਏ ਪਹਿਲੀਆਂ, ਜਾਂ ਇੱਥੋਂ ਕੋਈ 20-25 ਸਾਲ ਪਹਿਲਾਂ ਉਹ ਜਾ ਕੇ ਆਏ, ਅਤੇ ਉਹ ਜਾ ਕੇ ਆ ਗਏ, ਅਤੇ ਮੁੜ ਕੇ ਉਸ ਤੋਂ ਬਾਅਦ ਮੁੜ ਕੇ ਜੇ ਸਾਡਾ ਵੱਡਾ ਭਾਈ ਵੀ ਗਿਆ, ਇਹ ਵੀ ਗਿਆ ਮੁੜ ਕੇ ਬਾਅਦ 1 ਮਹੀਨਾ ਰਹਿ ਕੇ, ਇੱਕ ਸਾਡਾ ਹੋਰ ਭਾਈ ਰੋਪੜ ਵਾ ਉਹ ਵੀ ਗਿਆ ਸੀਗਾ, ਉਹ ਵੀ ਰਹਿ ਗਿਆ। ਤੁਹਾਡੀ ਚਿੱਠੀ ਪੱਤਰ ਚੱਲਦੀ ਰਹਿੰਦੀ? ਪਹਿਲਾਂ ਚਿੱਠੀ ਪੱਤਰ ਪਹਿਲਾਂ ਵੀ ਚੱਲੇ, ਅੱਜ ਤੋਂ ਕੋਈ 25-30 ਸਾਲ ਪਹਿਲਾਂ ਚੱਲਦੀ ਰਹੀ ਚਿੱਠੀ ਪੱਤਰ, ਚਿੱਠੀ ਪੱਤਰ ਆਉਂਦੀ ਸੀ, ਮੁੜ ਕੇ ਹੌਲੀ ਹੌਲੀ ਫਿਰ ਫੋਨ 'ਤੇ ਰਾਸਤਾ ਹੋ ਗਿਆ, ਫਿਰ ਫੋਨ 'ਤੇ ਗੱਲ ਹੋ ਗਈ, ਅਤੇ ਮੈਂ ਸਾਊਦੀ ਅਰਬ ਰਹਿੰਦਾ ਹਾਂ, ਅਤੇ ਵਾਹਵਾ ਚਿਰਦਾ ਸੀ, ਅਤੇ ਫਿਰ ਉੱਥੇ ਵੀ ਇਹਦਾ ਮੈਂ ਫੋਨ ਫਾਨ ਜਾਣਾ, ਅਤੇ ਉੱਥੇ ਵੀ ਮੈਨੂੰ ਉੱਥੇ ਵੀ ਇਹਨੇ ਕਹਿਣਾ ਵੀ ਇੱਦਾਂ ਕਰਕੇ ਆ, ਤਾਂ ਮੈਂ ਕੋਈ ਗੱਲ ਨਹੀਂ ਤੂੰ ਪਾਸਪੋਰਟ ਬਣਾ, ਜੇ ਤਾਂ ਕਿਤੇ ਰੱਬ ਨੇ ਚਾਹਿਆ ਤਾਂ ਤੈਨੂੰ ਤਾਂ ਚਲੋ ਬਣ ਜੂ, ਗੱਲ ਨਹੀਂ ਤਾਂ ਫਿਰ ਦੇਖੀ ਜੂ, ਅਤੇ ਫਿਰ ਚਲੋ ਜੋ ਉਹਨੇ ਜਿਹੜੀ ਇਹ ਵੰਡ ਹੈਗੀ ਹੈ, ਵੰਡ 'ਚ ਬਹੁਤ ਸਾਰੇ ਲੋਕ ਵਿਛੜੇ ਨੇ, ਬਹੁਤ ਵਿਛੜੇ ਜੀ। ਆਹ ਵੀਡੀਓ ਵੇਖੀ ਦੀਆਂ ਨਾ ਆਪਣੇ ਨਾਸਾ ਢਿੱਲੋਂ ਹੀ ਉੱਥੋਂ ਵੀਡੀਓ ਪਾਉਂਦਾ ਵਾ, ਉਹਦੀਆਂ ਵੇਖੀ ਦੀਆਂ ਵਾ,
ਅਤੇ ਤੁਸੀਂ ਵੀ ਇਦੋਂ ਬਣਾਉਂਦੇ ਕਰਦੇ ਕਿੱਡੇ ਕਿੱਡੇ ਹਾਲਾਤ ਆ ਇਸ ਨਾਲ ਜਿਹੜੇ ਲੋਕ ਸਰਦਾਰ ਵੀ ਜਾਂਦੇ ਉੱਥੇ ਉਹ ਸਿਰਫ ਆਪਣਾ ਘਰ ਵੇਖਣ ਜਾਂਦੇ ਕਈ ਘਰ ਵੇਖ ਕੇ ਉੱਥੋਂ ਮਿੱਟੀ ਚੁੱਕ ਕੇ ਲਿਆਉਂਦੇ ਆ ਉਹ ਕਿਉਂ ਵੀ ਉਹਨਾਂ ਦਾ ਰੂਹ ਜਿਹੜੀ ਉਹ ਜੁੜੀ ਉੱਥੇ ਉਹ ਥੋੜ੍ਹੀ ਵੀ ਦੌਲਤ ਵੇਖਣ ਜਾਂਦੇ ਸਾਡੀ ਵੀ ਦੌਲਤ ਆ ਜਾਂ ਕਿੱਦਾਂ ਸਿਰਫ ਮਿੱਟੀ ਵਾਸਤੇ ਜਾਂਦੇ ਉਹ ਅਤੇ ਜੇ ਕਿਤੇ ਸਰਕਾਰਾਂ ਇਹੋ ਚੰਗੀਆਂ ਹੋਣ ਗਾਂ ਹੀ ਹੁਣ ਹੀ ਚੰਗੀਆਂ ਹੋ ਜਾਣ ਤਾਂ ਇਹਨਾਂ ਦਾ ਥੋੜ੍ਹਾ ਪਤਾ ਬਾਰਡਰ ਦਾ ਕੀ ਉੱਥੇ ਬਾਰਡਰ 'ਤੇ ਵੇਖੀਦਾ ਸਿਰਫ ਉਹ ਤਾਰ ਲੱਗੀ ਪਾਉਂਦੇ ਬੰਨੇ ਉਹ ਵਾਹੀ ਕਰੀ ਜਾਂਦੇ ਉਰਲੇ ਬੰਨੇ ਕਰੀ ਜਾਂਦੇ ਗੱਲ ਵਿੱਚ ਕੁਛ ਨਹੀਂ ਸਾਡੇ ਘਰ ਬਹੁਤ ਸਾਰੇ ਲੋਕ ਅੱਜ ਆਏ ਹੋਏ ਹਾਂਜੀ 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 ਪਰਿਵਾਰਾਂ ਤੋਂ ਵੀ ਹਾਂਜੀ 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 ਸਾਡਾ ਜੀ ਸਾਡਾ ਗੱਲ ਇੱਧਰ ਰੀਜ਼ਨ ਇਹ ਆ ਜੀ ਸਾਡਾ ਜਿਹੜਾ ਬਾਬਾ ਹੁੰਦਾ ਸੀ ਨਾ ਸਾਡੇ ਬਾਬੇ ਪੜਤਾਦੇ ਇੱਥੋਂ ਦੀ ਉਹਨਾਂ ਦੀ ਪਦੈਸ਼ ਆ ਜਿਹੜਾ ਸਾਡਾ ਬਾਬਾ ਹੁੰਦਾ ਸੀ ਨਾ ਉਹ ਐਡਾ ਮੰਨਿਆ ਸੀ ਇੱਥੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਮੰਨਿਆ ਸੀ ਐਡਾ ਜਵਾਨ ਸੀ ਉਹ ਦੱਸਦੇ ਆ ਨਾ ਸਾਡੀ ਜਿਹੜੀ ਮਾਈ ਉਹ ਦੱਸਦਾ ਸਾਡਾ ਪਿਓ ਦੱਸਦਾ ਹੁੰਦਾ ਉਹ ਕਿਲੋ ਘਿਓ ਸੰਨੇ 'ਚ ਪਾ ਕੇ ਅਤੇ ਕਿਹੜਾ ਚੀਜ਼ ਲਾ ਕੇ ਪੀ ਜਾਂਦਾ ਸੀ ਕਿਲੋ ਘਿਓ ਪੂਰਾ ਹੀ ਅਤੇ ਉਹ ਵੇਖ ਲਓ ਵੀ ਕਿੰਨਾ ਇੰਨਾ ਜਵਾਨ 'ਚ ਕੋਈ ਗੱਲ ਕਰਨ ਵਾਲੀ ਨਹੀਂ ਅਤੇ ਬਾਕੀ ਵਾਹੀ ਵੀ ਕਰਦਾ ਸੀ ਉਹ ਅਤੇ ਮੇਰਾ ਸਵਾਲ ਇਹ ਸੀਗਾ ਕਿ ਅੱਜ ਬਹੁਤ ਰੋਣਾ ਉਹ ਤੁਹਾਨੂੰ ਦੱਸੋ ਮੈਂ ਉੱਥੇ ਆਉਣ ਲੱਗਾ ਉਹ ਜਦੋਂ ਇਹ ਉਹਨਾਂ ਦੀ ਬਦੌਲਤ ਆਏ ਉਹਨਾਂ ਵੱਡਿਆਂ ਦੀ ਬਦੌਲਤ ਉਹਨਾਂ ਦੀ ਸਾਰੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬਣੀ ਉਹ ਤੋਂ ਬਾਅਦ ਵੀ ਸਾਡਾ ਮਾਈ ਬਾਪ ਆ ਗਿਆ ਜੋ ਰੌਲਾ ਪੈ ਗਿਆ ਫਿਰ ਤਾਂ ਬਹੁਤ ਅਕਿਆਈ ਹੋਈ ਬਹੁਤ ਜ਼ਿਆਦਾ ਦੋਨੇ ਮਾਈ ਬਾਪ ਰਹਿ ਗਏ ਇੱਥੇ ਪਤਾ ਨਹੀਂ ਕਿੱਦਾਂ ਕੱਟੇ ਕਿੱਦਾਂ ਨਹੀਂ ਕੱਟੇ ਅਤੇ ਹੌਲੀ 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 ਉਹਨਾਂ ਘਰ ਆਪਣਾ ਜਿਹੜਾ ਆਪਣੇ ਜਨਮ ਭਾਉਣ ਦੇ ਵਿੱਚ ਰਹੇ ਇੱਥੇ ਅਤੇ ਚਲੋ ਹੌਲੀ ਹੌਲੀ ਉਹਨੇ ਉੱਪਰ ਵਾਲੇ ਨੇ ਮਿਹਰ ਕਰ ਦਿੱਤੀ ਅਤੇ ਚਲੋ ਮੁੜ ਕੇ ਛੱਡਿਆ ਗਾ ਜਨਮ ਹੋ ਗਿਆ ਅਸੀਂ ਚਲੋ ਮਾੜੇ ਮੋਟੇ ਰੋਟੀ ਖਾਣ ਲੱਗ ਪਏ ਅਤੇ ਹੁਣ ਅੱਜ ਤਾਂ ਛੱਡਿਆ ਹੁਣ ਵੀ ਘਰ ਸਾਡਾ ਇੱਕੋ ਹੀ ਇੱਥੇ ਚਾਰ ਭਾਈ ਹੈ ਸਾਰੇ ਭੁਆਈ ਨੂੰ ਮਿਲਣ ਆਏ ਉਹ ਸਾਰੇ ਭੁਆਰੀ ਨੂੰ ਮਿਲਣ ਆਏ ਸਿਰਫ ਉਹ ਸਾਡਾ ਵੀ ਇਹਨਾਂ ਨਾਲ ਜੇ ਕਿਸੇ ਨਾ ਅਸੀਂ ਨਾ ਕਿਸੇ ਨਾਲ ਬੋਲਾਂ ਕਰਾਂਗੇ ਉਹ ਕਿੱਦਾਂ ਭੂਆ ਨੂੰ ਮਿਲਣ ਲੱਗ ਜੂ ਕੋਈ ਸਾਡਾ ਵੀ ਇੱਥੇ ਪਿੰਡ ਦੇ ਵਿੱਚ ਇੰਨਾ ਸਾਡੇ ਜਿੰਨੇ ਵੀ ਜਿੰਨੇ ਭਾਈ ਇੰਨਾ ਕਰਦੇ ਬਹੁਤ ਕਰ ਰਹੇ ਹੋ ਜੀ ਭੂਆਰੀ ਆਏ ਨੇ ਤੁਹਾਡੇ ਹਾਂਜੀ ਬੀਬੀ ਅਸ਼ਮਤ ਆਏ ਨੇ ਕੀ ਉਚੇਚੀ ਤੁਸੀਂ ਸੋਚਿਆ ਵੀ ਇਹਨਾਂ ਲਈ ਕਰਨੇ ਆ ਅਸੀਂ ਅਸੀਂ ਆਖਿਆ ਵੀ ਜਿੰਨੀ ਕੁ ਕੋਸ਼ਿਸ਼ ਹੋਈ ਨਾ ਅਸੀਂ ਉਨਾ ਕਰਨਾ ਵੀ ਭੂਆ ਦਾ ਸਾਨੂੰ ਇੱਦਾਂ ਵੀ ਹੱਦ ਤੋਂ ਜ਼ਿਆਦਾ ਖੁਸ਼ੀ ਆ ਵੀ ਇੱਥੇ ਆ ਗਈ ਆਪਣੇ ਘਰ ਦੇ ਵਿੱਚ ਹੱਦ ਤੋਂ ਜ਼ਿਆਦਾ ਕੋਈ ਗੱਲ ਕਹਿਣ ਵਾਲੀ ਨਹੀਂ ਹੈਗੀ ਇਹਦੇ ਵਿੱਚ ਕੀ ਤੁਸੀਂ ਸਰਕਾਰਾਂ ਨੂੰ ਕਹਿਣਾ ਚਾਹੋਗੇ ਜਿਹੜੇ ਲੋਕ ਫਸੇ ਆ ਤੋਂ ਬਗੈਰ ਕਿਤੇ ਜਿੱਦਾਂ ਆਪਣੇ ਆਧਾਰ ਕਾਰਡ ਬਣਿਆ ਆਧਾਰ ਕਾਰਡ ਦੇ ਬੰਦੇ ਉਧਰ ਉਹਦੇ ਜਹਾਨ ਆਉਣ ਲੱਗ ਪੈਣ ਤੇ ਬੜਾ ਬੜਾ ਆਸਾਨ ਹੋ ਜਾਵੇ ਬਹੁਤ ਵਧੀਆ ਹੋ ਜਾਵੇ ਦੋ ਲੋਕ ਜਿਹੜੇ ਸੌਖੇ ਹੋ ਜਾਣ ਜ਼ਿਆਦਾ ਕਰਕੇ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਵਾ ਆਪਣੇ ਪੰਜਾਬ 'ਚ ਜ਼ਿਆਦਾ ਪਹਿਲਾਂ ਵੀ ਕਸ਼ਟ ਪੰਜਾਬ 'ਚ ਆ ਹੁਣ ਵੀ ਪੰਜਾਬ 'ਚ ਕਸ਼ਟ ਪੂਰਾ ਹੀ ਆ ਹੋਰ ਕਿਤੇ ਇੰਨਾ ਨਹੀਂ ਹੈਗਾ ਠੀਕ ਹੈ ਵਾਧਾ ਘਾਟਾ ਹੋਵੇ ਤਾਂ ਵੀ ਇੱਥੇ ਆਉਂਦਾ ਅਸੀਂ ਤਾਂ ਇਹੋ ਹੱਸ ਜੁੜਦੇ ਹਾਂ ਵੀ ਕੋਈ ਮਿਲਮਰਾਪ ਉੱਧਰ ਉੱਧਰ ਹੀ ਹੋ ਜਾਵੇ ਪਹਿਲਾਂ ਜੀ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੱਤਰਕਾਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਆ ਵੀ ਭੂਆ ਜੀ ਲਗਭਗ 75-76 ਸਾਲ ਬਾਅਦ ਜੋ ਖਾਨ ਜੀ ਦੀ ਭੂਆ ਜੱਦੀ ਪਿੰਡ ਉਹਨਾਂ ਦਾ ਖਡੂਰ ਸਾਹਿਬ ਆ ਅਤੇ ਉਦੋਂ ਵੰਡ ਦੇ ਵੇਲੇ ਉਹ ਪਾਕਿਸਤਾਨ ਚਲੇ ਗਏ ਸੀ ਉੱਥੇ ਹੀ ਉਹਨਾਂ ਦਾ ਪਰਿਵਾਰ ਸੀ ਪਰ ਕਹਿੰਦੇ ਆ ਨਾ ਵੀ ਸਿਆਣੇ ਵੀ ਜਿੱਥੇ ਜਿਹੜਾ ਜੰਮਣ ਭਉ ਹੋਵੇ ਉੱਥੋਂ ਦੀ ਮਹਿਕ ਹਮੇਸ਼ਾ ਹੀ ਖਿੱਚਦੀ ਰਹਿੰਦੀ ਆ ਅਤੇ ਇਵੇਂ ਹੀ ਭੂਆ ਜੀ ਨਾਲ ਹੋਇਆ ਆ ਵੀ ਉਹਨਾਂ ਨੂੰ ਆਪਣੀ ਜਿਹੜੀ ਜੰਮਣ ਭਉ ਦੀ ਮਿੱਟੀ ਸੀ ਉਹ ਆਵਾਜ਼ਾਂ ਮਾਰਦੀ ਸੀ ਉਹਨਾਂ ਦੇ ਦਿਲ ਦੀ ਤਮੰਨਾ ਸੀ ਵੀ ਆਪਾਂ ਉੱਥੇ ਪਹੁੰਚੀਏ ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਨੂੰ ਵੀਜ਼ਾ ਮਿਲਿਆ ਆ ਅਤੇ ਅੱਜ ਉਹ ਮਤਲਬ ਵੀ ਬੜੇ ਹੀ ਉਤਸ਼ਾਹ ਦੇ ਨਾਲ ਖੁਸ਼ੀ ਦੇ ਨਾਲ ਖਡੂਰ ਸਾਹਿਬ ਦੀ ਨਗਰੀ ਦੇ ਵਿੱਚ ਲਗਭਗ 75 ਸਾਲ ਬਾਅਦ ਇੱਕ ਸਦੀ ਕਹਿ ਸਕਦੇ ਹਾਂ ਆਪਾਂ ਅਤੇ 75 ਸਾਲ ਬਾਅਦ ਉਹ ਖਡੂਰ ਸਾਹਿਬ ਪਹੁੰਚੇ ਆ ਜਿੱਥੇ ਪਿੰਡ ਦੇ ਵਿੱਚ ਕਾਫੀ ਆਪਾਂ ਨੂੰ ਉਤਸ਼ਾਹ ਵੇਖਣ ਨੂੰ ਮਿਲਿਆ ਆ ਵੀ ਸਾਰੇ ਹੀ ਭੈਣ ਭਰਾ ਜਿਹੜੇ ਆ ਉਹਨਾਂ ਦੇ ਸਵਾਗਤ ਵਾਸਤੇ ਪਹੁੰਚੇ ਸੀ ਅਤੇ ਬੜੇ ਜ਼ੋਰਾਂ ਸ਼ੋਰਾਂ ਨਾਲ ਉਹਨਾਂ ਦਾ ਸਵਾਗਤ ਕੀਤਾ ਹੈ ਜੀ।